ਗੁਰਦਾਸਪੁਰ ਪਹੁੰਚੇ ਸਾਂਸਦ ਸਨੀ ਦਿਓਲ ਨੇ ਜਿੱਥੇ ਦੋ ਐਂਬੂਲੈਂਸ ਨੂੰ ਹਰੀ ਝੰਡੀ ਦਿੱਤੀ, ਉੱਥੇ ਕਰਤਾਰਪੁਰ ਕੋਰੀਡੋਰ ਤੇ ਬੋਲਦਿਆਂ ਕਿਹਾ ਕਿ ਉਹ ਵੀ ਕਰਤਾਰਪੁਰ ਸਾਹਿਬ ਜ਼ਰੂਰ ਜਾਣਗੇ। ਇਸ ਦੇ ਨਾਲ ਹੀ ਦੋ ਵੱਖਰੀਆਂ ਸਰਜਰੀਆਂ ਸਟੇਜਾਂ ਬਾਰੇ ਉਹਨਾਂ ਕਿਹਾ ਕਿ ਸ਼ਰਧਾ ਹੋਣੀ ਚਾਹੀਦੀ ਹੈ, ਸਟੇਜਾਂ ਭਾਵੇਂ 100 ਲੱਗ ਜਾਣ। ਤਿੰਨ ਐਂਬੂਲੈਂਸਿਸ ਇੱਥੇ ਇਸ਼ੂ ਕੀਤੀਆਂ ਅਤੇ ਬਸ ਮੈਂ ਇਹੀ ਚਾਹੁੰਦਾ ਕਿ ਹੌਲੀ ਹੌਲੀ ਮੈਂ ਹੋਰ ਜਿੰਨਾ ਕੁਛ ਚਾਹੀਦਾ ਹੈ ਉਹ ਸਾਰਾ ਕੁਛ ਅਸੀਂ ਕਰੀਏ ਇੱਥੇ, ਕਿਉਂਕਿ ਮੈਂ ਪਿਛਲੀ ਵਾਰ ਆਇਆ ਸੀ, ਮੈਨੂੰ ਦੇਖਿਆ ਕਿ ਇੱਥੇ ਮਰੀਜ਼ਾਂ ਨੇ ਕੋਈ ਵੀ ਚੀਜ਼ ਸਹੀ ਨਹੀਂ ਸੀ, ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਹੀਂ ਪਰ ਮੈਂ ਜ਼ਰੂਰ ਕਰਾਂਗਾ, ਬਹੁਤ ਕੁਛ ਕਰਾਂਗਾ, ਕਿਉਂਕਿ ਸਿਹਤ ਸਾਰਿਆਂ ਤੋਂ ਜ਼ਰੂਰੀ ਚੀਜ਼ ਹੈ। ਨਾਲੇ ਬੰਦਾ ਹੋਸਪਿਟਲ ਆਉਂਦਾ ਕਿ ਇਸ ਉਮੀਦ ਨਾਲ ਕਿ ਮੈਂ ਠੀਕ ਹੋ ਜਾਊਂਗਾ, ਅਤੇ ਆਪਣੇ ਕੋਲ ਐਂਬੂਲੈਂਸ ਨਹੀਂ ਸੀਗੀ ਤਾਂ ਜਿਹਦੇ ਕਰਕੇ ਫਿਰ ਮੈਂ ਹੁਣ ਤਾਂ ਸ਼ੁਰੂਆਤ 'ਚ ਚਿੰਤਾ ਕੀਤੀਆਂ, ਅੱਗੇ ਦੇਖਦੇ ਹਾਂ ਆਪਾਂ ਕਿੱਥੇ ਜਾ ਰਹੇ ਹੋ। ਉਹ ਬਾਅਦ ਹੀ ਗੱਲ ਹੈ, ਉੱਥੇ ਜਾਵਾਂਗੇ ਅਸੀਂ। ਹਾਂਜੀ ਹਾਂਜੀ ਹਾਂਜੀ, ਮੈਂ ਨਹੀਂ ਜਾਊਂਗਾ ਫਿਰ ਕੌਣ ਜਾਊਗਾ, ਮੇਰਾ ਇਲਾਕਾ ਮੇਰਾ ਘਰ ਹੈ, ਜ਼ਰੂਰ ਜਾਊਂਗਾ। ਸਰ ਸਟੇਜਾਂ ਦੋ ਲੱਗ ਜਾਈਏ ਪੰਜਾਬ ਸਰਕਾਰ ਕੇਂਦਰ ਲਈ, ਇਹਦਾ ਤੁਹਾਡਾ ਕੀ ਰਿਐਕਸ਼ਨ ਹੈ? ਕੀ ਕਹਿ ਰਹੇ ਹੋ? ਸਟੇਜਾਂ ਦੋ ਲਾਈਆਂ ਜਾ ਰਹੀਆਂ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਖਰੇ ਵੱਖਰੇ ਸਟੇਜਾਂ ਲਾਈਆਂ ਜਾ ਰਹੀਆਂ। ਦੇਖੋ ਸਾਰਿਆਂ ਦਾ ਮਤਲਬ, ਸਾਰਿਆਂ ਦਾ ਰੂਹ ਅਤੇ ਦਿਲ ਤਾਂ ਇਹੀ ਕਹਿ ਰਹੀ ਹੈ ਨਾ ਕਿ ਸਾਰਾ ਕੁਛ ਅੱਛਾ ਹੋ ਜਾਵੇ, ਇਹਦੇ ਨਾਲ ਇੱਕ ਪੀਸ ਹੀ ਹੋਊਗੀ ਦੋਨੋਂ ਪਾਸੇ, ਚਾਹੇ ਸਟੇਜ 10 ਲੱਗਣ ਚਾਹੇ 2 ਲੱਗਣ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸ਼ਰਧਾ ਸਹੀ ਹੋਣੀ ਚਾਹੀਦੀ ਹੈ ਬੰਦੇ ਦੀ। ਤੁਸੀਂ ਪਾਕਿਸਤਾਨ ਯਾਤਰਾ ਜਾ ਰਹੇ ਹੋ? ਹਾਂਜੀ ਜਾਵਾਂਗੇ, ਜ਼ਰੂਰ ਜਾਵਾਂਗੇ। ਸੀਐਮ ਸਾਹਿਬ ਕਹਿ ਰਹੇ ਵੀ ਆਈਏਐਸ ਦਾ ਵੀ ਹੱਥ ਹੋ ਸਕਦਾ ਹਾਲਾਂਕਿ ਵਿੱਚ ਕੀ ਰਿਹਾ? ਦੇਖੋ ਮੈਂ ਇਹ ਸਾਰੀਆਂ ਚੀਜ਼ਾਂ ਵਿੱਚ ਮੈਂ ਕੁਛ ਨਹੀਂ ਕਹਿ ਸਕਦਾ, ਇਹ ਇੰਟੈਲੀਜੈਂਸ ਨੂੰ ਜ਼ਿਆਦਾ ਪਤਾ ਹੋਊਗਾ ਕੀ ਨਹੀਂ ਹੈ, ਅਤੇ ਮੈਂ ਇਹਦੇ ਬਾਰੇ ਕੁਛ ਕਮੈਂਟ ਨਹੀਂ ਕਰਨਾ ਚਾਹੁੰਦਾ। ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲਾ ਜੱਥਾ ਪਾਕਿਸਤਾਨ ਲਈ ਰਵਾਨਾ ਹੋ ਰਿਹਾ ਹੈ। ਇਸ ਲਈ ਸੰਗਤਾਂ ਦੂਰ ਦੁਰਾਡੇ ਤੋਂ ਡੇਰਾ ਬਾਬਾ ਨਾਨਕ ਪਹੁੰਚ ਰਹੀਆਂ ਨੇ ਅਤੇ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਪਾਕਿਸਤਾਨ ਜਾ ਕੇ ਦਰਸ਼ਨ ਕਰਨਗੀਆਂ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।